बिस्मिल्लाहिर्रहमानिर्रहीम। अस्सलाम वालेकुम सजनों बेलियो मित्रों ते भराओ, सुनाओ की हाल चाल है तुहाडा। ते तबीयत ठीक है, उम्मीद करदा अल्लाह दे घर दी कि तुसीं ठीक होवोगे। ते दोस्तो ऐ वो पैली आ जिथे असीं अज हाइब्रिड बी गोभी का बीज लाउणा वा। ऐ वो पैली तैयार कीती होई मैं तुहानूं दिखा रहा वा जिथे असीं गोभी लगानी आ, बीज लगाना, पत्ता जिहनूं पंजाबी च कह लैंदे आ। ਇਹ ਉਹ ਖਾਲਾ ਜੀ ਜਿੱਥੋਂ ਇਹ ਨਹਿਰ ਦੇ ਵਿੱਚੋਂ ਪਾਣੀ ਆਉਂਦਾ ਅਤੇ ਇਹ ਪਾਣੀ ਜਿਹੜਾ ਵਾ ਸਾਡੀਆਂ ਪੈਲੀਆਂ ਨੂੰ ਸੈਰਾਬ ਕਰਦਾ ਵਾ, ਪੈਲੀਆਂ ਨੂੰ ਲੱਗਦਾ ਵਾ ਪਾਣੀ। ਇਹ ਨਹਿਰ ਦਾ ਪਾਣੀ ਹੈ, ਟੂਬਲ ਦਾ ਪਾਣੀ ਨਹੀਂ ਹੈਗਾ। ਕਿਤੇ ਟੂਬਲ ਦਾ ਵੀ ਪਾਣੀ ਦਾ ਇਤਫਾਕ ਹੋਇਆ ਤਾਂ ਮੈਂ ਭਰਾਵਾਂ ਨੂੰ ਜ਼ਰੂਰ ਦਿਖਾਊਂਗਾ। ਇਹ ਦੇਖੋ ਜੀ, ਇਹ ਪਾਣੀ ਹੁਣ ਪੈ ਰਿਹਾ ਵਾ ਖੇਲੀਆਂ ਨੂੰ, ਐਡੀਆਂ ਖੇਲਾਂ ਬਣਾਈਆਂ ਵਾ ਗੋਭੀ ਲਾਉਣ ਵਾਸਤੇ, ਇਹਨਾਂ ਨੂੰ ਪਾਣੀ ਪੈ ਰਿਹਾ ਵਾ। ਅਤੇ ਇਹ ਹਾਲੇ ਪਾਣੀ ਪੂਰਾ ਹੋਇਆ ਨਹੀਂ, ਪਾਣੀ ਪੂਰਾ ਹੁੰਦਾ ਵਾ ਅਤੇ ਫਿਰ ਇਹਦੇ ਬੀ ਲੱਗਣੇ ਸ਼ੁਰੂ ਹੋਣੇ ਆ। ਹਾਲੇ ਪਾਣੀ ਨਹੀਂ ਪੂਰਾ ਹੋਇਆ, ਪਾਣੀ ਪੂਰਾ ਹੋਊਗਾ ਤਾਂ ਫਿਰ ਲੱਗਣੇ ਸ਼ੁਰੂ ਹੋਣਗੇ। ਇਹ ਬੜਾ ਹੀ ਪਿਆਰਾ ਕਲਚਰ ਆ ਜੀ। ਸੁਬਹਾ 5-6 ਵਜੇ ਦਾ ਟਾਈਮ ਹੈ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ। ਦੇਖੋ ਜੀ, ਮਿਹਨਤ ਕਸ਼ ਲੋਕ, ਮਜ਼ਦੂਰ ਲੋਕ ਕਿੱਡੀ ਮਿਹਨਤ ਨਾਲ ਹੈ ਆਪਣਾ ਕੰਮ ਕਰ ਰਹੇ ਆ ਕਿ ਸੁਬਹਾ 4-5 ਵਜੇ ਉੱਠ ਕੇ ਕੰਮ ਕਰਦੇ ਆ। ਇਹ ਦੇਖੋ ਜੀ, ਇਹ ਹੁਣ ਰੇਤ ਪੂਰੀ ਹੋ ਗਈ ਹੈ ਪਾਣੀ ਦੀ, ਇੱਥੇ ਤਿਕਰਾਂ ਅਸੀਂ ਬੀਜ ਲਗਾਉਣਾ ਵਾ। ਇਹ ਤੋਂ ਨਜ਼ਰ ਆ ਰਹੀ ਹੋਏਗੀ ਪਾਣੀ ਦੀ ਸੈਰਾਬ ਜਿਹੜੀ ਹੋਈ ਹੋਈ ਆ, ਇੱਥੇ ਤੱਕ ਬੀਜ ਲਾਉਣਾ ਅਸੀਂ ਜੀ। ਇਹ ਦੇਖੋ ਜੀ, ਇਹ ਹੁਣ ਲੇਬਰ ਜਿਹੜੀ ਆ ਬੀਜ ਲਾਉਣ ਵਾਲੇ ਲੋਕ, ਇਹ ਹੁਣ ਬੀਜ ਖੋਲ ਰਿਹਾ ਬੜੀ ਇਹਤਿਆਤ ਦੇ ਨਾਲ ਕਿ ਬੀਜ ਕੋਈ ਭੁੰਜੇ ਨਾ ਗਿਰੇ, ਕਿਉਂਕਿ ਕਾਫੀ ਮਹਿੰਗਾ ਬੀਜ ਆਉਂਦਾ ਵਾ। ਮੁਖਤਲਿਫ ਰੇਟ ਆ ਇਹਦੇ ਅਤੇ ਮੁਖਤਲਿਫ ਨਸਲਾਂ ਦਾ, ਮੁਖਤਲਿਫ ਕਿਸਮਾਂ ਦਾ ਬੀਜ ਆ ਇਹ। ਅਤੇ ਇਹ ਪੱਤੇ ਵੀ ਬੜੇ ਸੰਭਾਲ ਕੇ ਫਿਰ ਰੱਖੀਦੇ ਆ ਤਾਂ ਕਿ ਜ਼ਿਮੀਂਦਾਰ ਨੂੰ ਮੁੜ ਕੇ, ਜਿਹੜਾ ਜ਼ਿਮੀਂਦਾਰ ਆ ਉਹਨੂੰ ਦਿਖਾ ਦਿੱਤੇ ਜਾਣ ਕਿ ਤੇਰੀ ਪੈਲੀ 'ਚ ਕਿੰਨੇ ਪੱਤੇ ਲੱਗੇ ਆ ਬੀਆਂ ਦੇ। ਅਤੇ ਕੁਛ ਜ਼ਿਮੀਂਦਾਰ ਲਾਗੇ ਲਾਗੇ ਥੋੜ੍ਹਾ ਜਿਹਾ ਬੀਜ ਲਵਾ ਲੈਂਦੇ ਆ ਅਤੇ ਕੁਛ ਥੋੜ੍ਹਾ ਜਿਹਾ ਦੂਰ ਲਵਾ ਲੈਂਦੇ ਆ, ਫਾਸਲੇ 'ਤੇ ਲਵਾ ਲੈਂਦੇ। ਇਹ ਇੱਕ ਮੇਰਾ ਭਰਾ ਆ ਗਿਆ ਜੀ, ਸੈਫੁਰ ਰਹਿਮਾਨ। ਹੁਣ ਇਹਦੀ ਕਾਰਾਗਰੀ ਤੁਸੀਂ ਦੇਖੋ ਕਿੱਡੀ ਨਫਾਸਤ ਨਾਲ ਇਹ ਬੀਜ ਪਾ ਰਿਹਾ, ਕਿੱਡੇ ਸੋਹਣੇ ਤਰੀਕੇ ਨਾਲ ਕਿ ਬੀਜ ਇਹਨੇ ਭੁੰਜੇ ਨਹੀਂ ਕੋਈ ਵੀ ਕਰਨ ਦਿੱਤਾ। ਇਹਦੀ ਕਾਰਕਰਦਗੀ ਤੁਹਾਨੂੰ ਮੈਂ ਅੱਗੇ ਵੀ ਦਿਖਾਊਂਗਾ, ਇਹਦੀਆਂ ਕਾਰਕਰਦਗੀਆਂ ਬਹੁਤ ਸਾਰੀਆਂ ਵਾ। ਇਹ ਦੇਖੋ ਜੀ, ਇੱਕ ਮੇਰੀ ਭੈਣ ਨੇ ਬੀਜ ਪਾਉਣੇ ਆ ਅਤੇ ਇਹਦਾ ਇੱਕ ਬੀਜ ਭੁੰਜੇ ਕਿਰ ਜਾਣਾ ਵਾ ਅਤੇ ਇਹਨੇ ਚੱਕ ਕੇ ਉਹ ਵੀ ਕੌਲੀ 'ਚ ਪਾਉਣਾ, ਕਿਉਂਕਿ ਮਹਿੰਗਾ ਬੀਜ ਆ ਵੀਰੇ। ਇਹ 12,000 ਤੋਂ ਲੱਗ ਕੇ 22,000 ਰੁਪਏ ਤੱਕ ਵੀ ਪੈਲੀ ਦਾ ਇੱਕ ਮਿਲਦਾ। ਉਹ ਦੇਖੋ ਜੀ, ਇੱਕ ਦਾਣਾ 'ਚ ਭੁੰਜੇ ਕਿਰਿਆ ਵੀ ਉਹ ਵੀ ਚੱਕ ਰੱਖ ਦਿੱਤਾ। ਇਹ ਉਹ ਬੀ ਆ ਜੀ, ਇੱਕ ਪੈਕਟ 'ਚੋਂ ਜਿਹੜਾ ਨਿਕਲਦਾ ਵਾ, ਜਿਹੜਾ ਤੁਹਾਨੂੰ ਮੈਂ ਦਿਖਾ ਦਿੱਤਾ, ਬਹੁਤ ਮੋਟਾ ਦਾਣਾ ਨਜ਼ਰ ਆ ਰਿਹਾ ਲੇਕਿਨ ਬਾਰੀਕ ਹੁੰਦਾ ਵਾ। ਇਹ ਇੱਕ ਮੇਰੀ ਭੈਣ ਬੀ ਲਾ ਰਹੀ ਆ, ਦੇਖੋ ਕਿਹੜੇ ਨਫਾਸਤ ਦੇ ਨਾਲ ਲਾ ਰਹੀ ਆ, ਆਪਣਾ ਹੱਥ ਵੀ ਨਹੀਂ ਲਿਬੜਨ ਦੇ ਰਹੀ। ਇਹ ਜੀ ਸਾਡਾ ਉਹ ਸੈਫ ਭਰਾ ਵਾ ਜਿਹੜਾ ਬੜਾ ਹੀ ਮਿਹਨਤੀ ਬੰਦਾ ਵਾ। ਦੇਖੋ ਹੁਣ ਸਿਗਰਟ ਵੀ ਪੀ ਰਿਹਾ ਵਾ, ਉਹ ਬੀ ਵੀ ਲਾ ਰਿਹਾ ਵਾ। ਫਿਰ ਅੰਦਾਜ਼ ਦੇਖੋ ਇਹਨਾਂ ਦੇ ਬੀ ਲਾਉਣ ਦਾ, ਫਾਸਲਾ ਔਰ ਸਾਈਜ਼ ਉਚਾਈ ਦਾ ਇੱਕੋ ਜਿਹਾ ਰੱਖਣਾ ਇਹਨਾਂ ਨੇ, ਉੱਤੇ ਥੱਲੇ ਨਹੀਂ ਹੋਣ ਦੇਣਾ ਹੈਗਾ, ਜੋ ਮਰਜ਼ੀ ਹੋ ਜਾਵੇ। ਇਹ ਦੇਖੋ ਜੀ, ਬੜੇ ਖੂਬਸੂਰਤ ਅੰਦਾਜ਼ ਨਾਲ ਬੀ ਲਾ ਰਹੇ ਆ। ਇਹ ਪੂਰੀ ਲੇਬਰ ਹੁਣ ਬੀ ਲਗਾ ਰਹੀ ਹੈ ਇੱਥੇ, ਅਤੇ ਇਹ ਤੋਂ ਬਾਅਦ ਆਪਾਂ ਵੀਡੀਓ ਲੈ ਕੇ ਆਵਾਂਗੇ। ਇੱਕ ਭਰਾ ਨੇ ਸਪਰੇ ਕਰਨੀ ਆ ਅਤੇ ਤਾਂ ਕਿ ਘਾਹ ਬੂਟੀ ਨਾ ਜੰਮੇ। ਇਹ ਹੁਣ ਬੀ ਲੱਗ ਰਹੇ ਆ ਅਤੇ ਇਹਦੇ ਨਾਲ ਹੀ ਜੀ, ਇਹ ਹੁਣ ਸਹਿ ਭਰਾ ਦਾ ਕੰਮ ਦੇਖੀਓ, ਅਤੇ ਇਹਦੀ ਸਪੀਡ ਦੇਖੀਓ, ਅਤੇ ਇਹਦੇ ਨਾਲ ਹੀ ਆਪਣੇ ਵੀਰ ਮੁਜਾਹਦ ਗੱਟ ਵਾਲੀਏ ਨੂੰ ਇਜਾਜ਼ਤ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖੋ ਅਤੇ ਦੁਆਵਾਂ 'ਚ ਭਰਾ ਨੂੰ ਯਾਦ ਕਰੋ। ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਹੀਂ ਭੁੱਲਣਾ। ਅਤੇ ਭਰਾਵਾਂ ਦੀ ਸਪੋਰਟ ਨਾਲ ਹੀ ਮੈਂ ਉੱਪਰ ਆ ਸਕਦਾ ਵਾਂ, ਤੁਸੀਂ ਸਪੋਰਟ ਕਰੋ ਇਨਸ਼ਾਅੱਲਾ। ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਮੈਂ ਲੈ ਕੇ ਆਵਾਂ, ਆਪਣੇ ਪੰਜਾਬ ਦੇ ਕਲਚਰ ਦੇ ਲਿਹਾਜ਼ ਦੇ ਨਾਲ। ਇਹ ਹੁਣ ਵੀ ਇਹਦਾ ਕੰਮ ਦੇਖੋ, ਸਪੀਡ ਦੇਖੋ ਜੀ, ਇਹ ਦੇਖੋ ਜੀ। ਲਓ ਜੀ, ਇਹਦੇ ਨਾਲ ਹੀ ਮੈਂ ਭਰਾਵਾਂ ਕੋਲੋਂ ਇਜਾਜ਼ਤ ਚਾਹੁੰਦਾ ਵਾਂ। ਅੱਲਾ ਹਾਫਿਜ਼, ਆਪਣਾ ਬਹੁਤ ਸਾਰਾ ਖਿਆਲ ਰੱਖੀਏ ਸਾਰੇ ਮੇਰੇ ਦੋਸਤ ਭਰਾ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ ਇਨਸ਼ਾਅੱਲਾ, ਜ਼ਿੰਦਗੀ ਰਹੀ ਅਤੇ ਅੱਲਾ ਪਾਕ ਦੇ ਹੁਕਮ ਦੇ ਨਾਲ। ਇਹ ਮਸਜਿਦ ਵੀ ਨਾਲ ਬਣੀ ਆ, ਕੁਛ ਦੋਸਤ ਭਰਾ ਨਮਾਜ਼ ਵੀ ਪੜ੍ਹਦੇ ਆ ਇੱਥੇ। ਅੱਲਾ ਦੀ ਸਪੋਰਟ।